ਤਾਂ ਡਰਾਇਆ ਬੜਾ ਸੀ ਹਾਂ ਕਹਿੰਦੇ ਕੋਈ ਤੁਸੀਂ ਕਰੋ ਅਪਲਾਈ ਤੁਹਾਡਾ ਸ਼ੋਰ ਸ਼ੋਰ ਵੀਜ਼ਾ ਆਏਗਾ ਪਰ ਐਂਡ ਜਾ ਕੇ ਸਾਡਾ ਇੱਥੇ ਹੋਇਆ ਕਿਉਂਕਿ ਯਕੀਨ ਸੀ ਰਾਣਾ ਦਾ ਆਇਆ ਸਭ ਦਾ ਆਵੇ ਯੂ ਗਾਟ ਯੂਰ ਵੀਜ਼ਾ ਕੰਗ੍ਰੈਚੁਲੇਸ਼ਨਸ ओमकार यस मैम की क्वालिफिकेशन है बड़ी सर ग्रेजुएशन ग्रेजुएशन की थी सोर्स ऑफ इनकम क्या था ना मैम जॉब है प्राइवेट सेक्टर आई टू द पासपोर्ट यस मैम ਸ਼ਕੀਨ ਤੋਂ ਪਹਿਲਾਂ ਤੁਸੀਂ ਆਪਾਂ ਬੜੀ ਜਗ੍ਹਾ ਘੁੰਮਿਆ ਇੱਧਰ ਨਾਮ ਨਹੀਂ ਲਵਾਂਗੇ ਇੱਧਰ ਵੱਧ ਘੁੰਮੇ ਪਰ ਐਂਡ ਜਾ ਕੇ ਸਾਡਾ ਇੱਥੇ ਹੋਇਆ ਕਿਉਂਕਿ ਯਕੀਨ ਸੀ ਵੀਜ਼ਾ ਬੜੇ ਹੁੰਦੇ ਸੀ ਔਨਲਾਈਨ ਪ੍ਰੋਮੋਸ਼ਨ ਦੇ ਕਿਸੇ ਦਾ ਚੰਗਾ ਸੀ ਅਸੀਂ ਇਹ ਕਰਕੇ ਤਸੀਂ ਆਹੀ ਫਿਰ ਚੂਜ਼ ਆਪਾਂ ਹੀ ਕੀਤਾ ਫਿਰ ਫਸਟ ਮੀਟਿੰਗ ਕੀਤੀ ਯੁਵਰਾਜ ਸਰ ਨਾਲ ਉਹਨਾਂ ਨੇ ਪੋਜ਼ਿਟਿਵ ਵਾਈਬਸ ਦਿੱਤੀਆਂ ਫਿਰ ਕਹਿੰਦੇ ਕੋਈ ਤੁਸੀਂ ਕਰੋ ਅਪਲਾਈ ਤੁਹਾਡਾ ਸ਼ੋਰ ਸ਼ੋਰ ਵੀਜ਼ਾ ਆਏਗਾ ਮੈਂ ਕਿਹਾ ਡਨ ਸਰ ਆਪਾਂ ਉਹਦਾ ਡਨ ਕੀਤਾ ਫਿਰ ਡਾਕੂਮੈਂਟੇਸ਼ਨ ਕਰਵਾ ਕੇ ਫਿਰ ਅੱਗੇ ਫਾਈਲਿੰਗ ਦਾ ਪ੍ਰੋਸੈਸ ਹੋ ਰਿਹਾ ਉਹ ਵੀ ਵਧੀਆ ਸਟਾਫ ਵੀ ਸਾਰਾ ਕੋਆਪਰੇਟਿਵ ਸੀ ਓਵਰਆਲ ਬਹੁਤ ਵਧੀਆ ਸੀ ਮੈਂ ਬਹੁਤ ਖੁਸ਼ ਹਾਂ ਕਿ ਸਾਡਾ ਦੋਨਾਂ ਦਾ ਇਕੱਠਾ ਆ ਗਿਆ ਮੈਨੂੰ ਤਾਂ ਆਪਣੇ ਤੇ ਵੀ ਨਹੀਂ ਖੁਸ਼ੀ ਮੈਨੂੰ ਆਇਆ ਕਿ ਸਾਡਾ ਦੋਨਾਂ ਦਾ ਇਕੱਠਾ ਹੀ ਆਵੇ ਸਾਨੂੰ ਲੋਕਾਂ ਡਰਾਇਆ ਬੜਾ ਸੀ ਇਕੱਠੇ ਨਹੀਂ ਹੋਣਾ ਇਕੱਠਾ ਨਹੀਂ ਆਉਂਦਾ ਸਪਾਊਸ ਦਾ ਜਲਦੀ ਨਹੀਂ ਲੱਗਦਾ ਸਪਾਊਸ ਕੇਸ ਕਿਸੇ ਦਾ ਕਿਸੇ ਦਾ ਰਹਿ ਜਾਂਦਾ ਬਸ ਥੋੜਾ ਉਹੀ चार जने दसूंगा नहीं हो चार जने मेरे लिए खराब करूंगे साई ओवरसीज का मोटिव यही है कि एक बंदे का काम हो जाए तो चार जने तो पांच जने दसे ताकि साडा भी अगे रेफरेंस जनरेट हो यही चीज है थैंक यू सो मच